Oh.
مرکزی جامعہ مسجد وچ بیٹھ کے میں اس
ਬੰਦੇ ਨੂੰ ਦਾਵਤ ਤੇ ਫਿਕਰ ਦੇ ਰਿਹਾ ਲੜਾਈ ਕੋਈ ਨਹੀਂ ਵੀ ਚਲੋ ਠੀਕ ਹੈ ਤੂੰ ਆਣਾ ਨਾ ਮੰਗੋ ਕੁਝ ਨਹੀਂ ਹੁਣ ਕੰਮ ਸੇ ਕੰਮ ਇਤਨਾ ਕਰੋ ਕਿ ਕੁਰਾਨ ਵਿੱਚੋਂ ਇੰਨਾ ਆ ਤੋ ਇੰਨਾ ਕਰ ਬਹੁਤ ਸੇ ਕੱਟ ਕੱਟ ਛੱਡੋ ਵਿੱਚੋਂ ਤੇ ਵੇਦਾ ਕੋਈ ਮੰਗਣਾ ਚਾਹੀਦਾ ਦੂਜੀ ਸੂਰਤ ਤੇ ਵਿਦੇਖਦੇ ਹੀ ਨਹੀਂ ਕਯੂਸ ਇਹ ਤੋਂ ਕੀ ਮੰਗਣਾ ਇਹ ਵੀ ਕੁਰਾਨ ਦੇ ਨਜ਼ਰੀਏ ਨਾਲ ਵੇਖੋ ਪਾਕਿਸਤਾਨ ਪੰਜਾਬ ਸੂਬੇ ਪੰਜਾਬ ਵਿੱਚ ਇੱਕ ਹਕੂਮਤ ਆਈ ਹੈ ਬਜ਼ੁਰਗ ਲੋਕਾਂ ਦਾ ਨਾਂ ਸੁਣਿਆ ਹੋਣਾ ਉਹਦਾ ਨਾਂ ਸੀ ਰਣਜੀਤ ਸਿੰਘ ਕੀ ਨਾਂ ਰਣਜੀਤ ਸਿੰਘ ਰਣਜੀਤ ਸਿੰਘ ਜਿਹੜੀ ਗੱਲ ਕੀਤੀ ਗੱਲ ਬੜੀ ਪੱਲੇ ਦੀ ਉਸ ਅੱਗੇ ਮੈਂ ਬੇਵਕੂਫ ਜ਼ਰੂਰ ਹਾਂ ਪਾਗਲ ਵੀ ਨਹੀਂ ਤੇ ਬਗੈਰਤ ਵੀ ਨਹੀਂ ਤੇ ਅਰਬੀ ਵੀ ਨਹੀਂ ਪਾਗਲ ਵੀ ਨਹੀਂ ਬੇਵਕੂਫ ਹਾਂ ਬਗੈਰਤ ਵੀ ਨਹੀਂ ਕਮੀਨਾ ਵੀ ਨਹੀਂ ਤੇ ਅਰਬੀ ਵੀ ਨਹੀਂ ਉਸ ਆਖਿਆ ਜਿਹੜਾ ਯਜ਼ੀਦ ਆਈ ਉਹ ਕਮੀਨਾ ਵੀ ਆਈ ਉਹ ਬਗੈਰਤ ਵੀ ਆਈ ਤੇ ਉਹ ਅਰਬੀ ਵੀ ਆਈ ਇੰਨੀਆਂ ਕੁਆਲਿਟੀਆਂ ਹੋਣ ਦੇ ਬਾਵਜੂਦ ਉਹ ਕੁਰਾਨ ਨਹੀਂ ਬਦਲ ਸਕਦਾ ਮੈਂ ਪੰਜਾਬੀ ਹੋ ਕੇ ਐਡੀ ਵੱਡੀ ਬਗੈਰਤੀ ਕਿਵੇਂ ਕਰਾਂ ਮੈਂ ਕੁਰਾਨ ਦੀ ਆਈ ਦਾ ਕਰਦਾ ਮੁੱਠ
Mola Ali, Mola Hasan, Mola
ਹੁਸੈਨ ਹੁਣ ਜਦੋਂ ਉਹਨਾਂ ਨਾਲ ਹੁਕਮ ਦੇ ਤਕਰੀਬਾ ਉਹਨਾਂ ਦੇ ਨਾਲ ਮੁਹੱਬਤ ਕਰਨ ਦਾ ਹੁਕਮ ਮੁਸਤਫਾ ਦੇ ਰਹੇ ਤੇ ਜਿਹੜਾ ਦੇ ਰਹੇ ਉਹਦੀ ਸ਼ਾਨ ਕੀ ਸਫਤਾ ਬਿਉਨੀ ਹੁਕਮ ਅੱਲਾ ਅੱਲਾ ਕਿਆ ਮੇਰਾ ਯਾਰ ਹੈ ਇਹਨਾਂ ਨਾਲ ਪਿਆਰ ਕਰੋ ਮੈਂ ਨਾ ਉਹਨਾਂ ਨਾਲ ਵੀ ਕਰੋ ਤੇ ਬੱਚਿਆਂ ਬੱਚੇ
ਬੱਚੇ ਵੀ ਆਪਣੀ ਦੁਨੀਆ 'ਚ ਵੀ ਮਾਂ ਪਿਓ ਨੂੰ ਕੋਈ ਹੈ ਰਹਿਣੀ ਹੋਵੇ ਤੇ ਫਿਰ ਉਹ ਇੱਕ ਵਾਰੀ ਝੋਲੀ ਮਿਲੇ ਆਪਣੇ ਨਾਲ ਟੁੱਟੇ ਪਿਆਰ ਧੱਕੇ ਮਾਂ ਪਿਓ ਨੂੰ ਮਿਲਾ ਬੋਲੂ ਕੇ ਤੇ ਫਿਰ ਉਹ ਆਖਿਆ ਵੀ ਮੈਂ ਕਿਹਾ ਸ਼ਹਿਰ ਰਹਿਣੀ ਹੈ ਉਹਨੂੰ ਸਰਕਾਰ ਦੀ ਕਦੀ ਦਾੜੀ ਨੂੰ ਚੁੰਮਦਾ ਕਦੀ ਹੁਸੈਨ ਨੂੰ ਚੁੰਮਦਾ ਤੇ ਨਬੀ ਗਹਿਰ ਨਾਨਾ ਨਬੀ ਸੀ ਪਰ ਮੈਂ ਹੁਸੈਨ ਕੀ ਕਰਦਾ ਬੜਾ ਪਿਆਰ ਕਰਦਾ ਨਾਨਾ ਜੀ ਬਸ ਹੁਣ ਜੀ ਹੋ ਸਕਿਆ ਆਪ ਨੇ ਫਿਰ ਨਹੀਂ ਮੈਨੂੰ ਪਤਾ ਕੋਈ ਸ਼ਹਿਰ ਮੇਰੇ ਕੋਲੋਂ ਮੰਗਣਾ ਚਾਹੁੰਦਾ ਮੰਗਤਾ ਹੁਸੈਨ